ਉਹ ਸਾਡੇ ਕੋਲ ਸੰਤੀ ਹੈ ਫਿਰ ਕਈ ਤਰ੍ਹਾਂ ਦੀਆਂ ਪਾਰਟੀਆਂ ਆਉਂਦੀਆਂ ਰਹਿੰਦੀਆਂ। ਅੱਛਾ, ਗਰੀਬ ਤਬਕਾ ਵੀ ਆਉਂਦਾ ਰਹੇ? ਹਾਂ, ਉਹਨਾਂ ਦਾ ਰੇਟ ਮੈਂ ਥੋੜਾ ਜਿਹਾ ਫਿਰ ਡਾਊਨ ਰੱਖਿਆ। ਠੀਕ ਆ, ਉਦਾਂ ਗੱਲਾਂ ਗੱਲਾਂ 'ਚ ਸਵਾਦ ਵੀ ਲੈਂਦੇ ਰਹੀਦਾ। ਚੱਲ, ਮਰ ਜਾਣਾ ਨਾ ਹੋਵੇ। ਤੇ ਹੁਣ ਕੱਲ ਮੇਰੇ ਕੋਲ ਇੱਕ ਪਾਰਟੀ ਆ। ਚਲੋ ਹੁਣ ਗੱਲ ਤਾਂ ਆਪਣੀ ਨੇਪਰੇ ਚੜੀ ਹੋਈ ਹੈ ਜੀ। ਸਮਝ ਲਓ ਵੀ ਮੁੰਡੇ ਨੂੰ ਕੁੜੀ ਪਸੰਦ ਆ ਤੇ ਕੁੜੀ ਨੂੰ ਮੁੰਡਾ ਪਸੰਦ ਆ। ਤੇ ਦੇਖੋ ਜੀ, ਮੈਂ ਤੁਹਾਨੂੰ ਮੈਂ ਦੱਸਾਂ ਵੀ ਮੈਂ ਸੱਚਾ ਸੁੱਚਾ ਜਿਹਾ ਬੰਦਾ ਤੇ ਮੈਂ ਕੋਈ ਲਕੋਰ ਰੱਖਣਾ ਨਹੀਂ ਚਾਹੁੰਦਾ। ਵੀ ਜਿਹੜਾ ਲੈਣ ਦੇਣ ਵਾਲਾ ਵਿਹਾਰ ਆ ਉਹ ਵੀ ਹੁਣ ਤੁਸੀਂ ਆਪਣੀ ਗੱਲ ਸਾਹਮਣੇ ਕਰ ਲਓ। ਉਹ ਜਨਾਬ, ਸਾਡਾ ਮੁੰਡਾ ਪੜ੍ਹਿਆ ਲਿਖਿਆ, ਫੈਕਟਰੀ ਵਿੱਚ ਨੌਕਰੀ ਕਰਦਾ, ਘੱਟੋ ਘੱਟ ਸਕੂਟਰ ਤਾਂ ਚਾਹੀਦਾ ਨਾ। ਇਹ ਆਪਣਾ ਸਕੂਟਰ ਕਹਿ ਰਿਹਾ ਜੀ। ਨਾ ਜੀ ਨਾ ਜਨਾਬ, ਅਸੀਂ ਕਿੱਥੋਂ ਦੇ ਸਕਦੇ ਹਾਂ, ਇੰਨੀ ਮਹਿੰਗਾਈ ਹੈ, 18 ਜੀ ਅਸੀਂ ਖਾਣ ਵਾਲੇ ਹਾਂ। ਅੱਛਾ ਭਾਈ, ਤੁਸੀਂ ਥੋੜ੍ਹਾ ਜਿਹਾ ਠੀਕ ਠੀਕ ਲਾ ਲਓ। ਦੇਖੋ ਮੁੰਡਾ ਚੰਗੇ ਪੈਸੇ ਕਮਾਉਂਦਾ ਹੈ, ਚਲੋ ਫਿਰ ਐਂ ਕਰੋ ਟੈਲੀਵਿਜ਼ਨ ਤਾਂ ਦਵਾਈ ਦਿਓ ਨਾ। ਚਲੋ ਭਾਈ ਟੈਲੀਵਿਜ਼ਨ ਦੇ ਦਿਓ ਜੀ, ਕੋਈ ਗੱਲ, ਕੋਈ ਫਰਕ ਨਹੀਂ ਪੈਂਦਾ। ਨਾ ਜੀ ਨਾ ਜਨਾਬ, ਤੁਸੀਂ ਇੰਨੀ ਮਹਿੰਗਾਈ ਦਾ ਯੁੱਗ ਹੈ, ਚੰਗਾ ਭਲਾ ਤੁਹਾਨੂੰ ਪਤਾ, ਅਸੀਂ ਟੀਵੀ ਕਿੱਥੋਂ ਦੇ ਦਈਏ ਇਹਨਾਂ ਨੂੰ, 18 ਜੀ ਅਸੀਂ ਖਾਣ ਵਾਲੇ ਹਾਂ। ਗੱਲ ਤਾਂ ਬਣੀ ਪਈ ਆ, ਫਿਰ ਤੁਸੀਂ ਥੋੜ੍ਹਾ ਜਿਹਾ ਠੀਕ ਕਰ ਲਓ ਗੱਲ। ਚਲੋ ਫਿਰ ਐਂ ਕਰੋ, ਤੁਹਾਡੀ ਵੀ ਗੱਲ ਮੰਨ ਲੈਂਦੇ ਹਾਂ, ਮੁੰਡੇ ਨੂੰ ਐਂ ਕਰੋ ਫ੍ਰਿਜ ਹੀ ਦਵਾ ਦਿਓ। ਨਾ ਜੀ ਨਾ ਜਨਾਬ, ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ, ਭਲਾ ਤੁਸੀਂ ਆਪ ਸੋਚੋ ਵੀ ਅਸੀਂ ਕਿੱਥੋਂ ਦੇਵਾਂਗੇ, 18 ਜੀ ਸਾਡੇ ਖਾਣ ਵਾਲੇ ਬੈਠੇ। ਜੋ ਲੈਣ ਦੇਣ ਨੂੰ ਕੁਛ ਹੈ ਨਹੀਂ, ਫਿਰ ਰਿਸ਼ਤਾ ਕਰਕੇ ਕੀ ਲੈਣਾ, ਚਲ ਕਾਕਾ ਖੜਾ ਹੋ। ਉਹ ਬੈਠੋ 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 ਬੈਠੋ, ਮੇਰੀ ਗੱਲ ਸੁਣੋ, ਬੈਠੋ ਬੈਠੋ, ਇੰਨੇ ਗਰਮੀ ਨਾ ਦਿਖਾਓ। ਮੈਂ ਸਭ ਜਾਣਦਾ, ਇਹੋ ਜਿਹੇ ਅੜੇ ਗੱਟੇ ਮੈਂ 20 ਕੱਢੇ, ਮੈਂ ਕਮਰੇ ਬੈਠਾ ਤੇ ਮੈਂ ਫੀਸ ਕਿਸ ਕੰਮ ਲਈ ਆ। ਤੁਸੀਂ ਬੈਠੋ, ਕੰਮ ਸਾਰਾ ਨੇਪਰੇ ਚੜਿਆ ਪਾ। ਕੁੜੀ ਨੂੰ ਮੁੰਡਾ ਪਸੰਦ ਆ, ਮੁੰਡੇ ਨੂੰ ਕੁੜੀ ਪਸੰਦ ਆ। ਮੈਂ ਤੁਹਾਨੂੰ ਦੱਸਾਂ, ਸਕੂਟਰ ਤੁਸੀਂ ਨਹੀਂ ਦੇ ਸਕਦੇ ਤੇ ਟੈਲੀਵਿਜ਼ਨ ਤੁਸੀਂ ਨਹੀਂ ਦੇ ਸਕਦੇ ਤੇ ਆਪਣਾ ਫਰਿੱਜ ਤੁਸੀਂ ਨਹੀਂ ਦੇ ਸਕਦੇ। ਕਿੰਨੇ ਜੀ ਦੱਸਿਆ ਖਾਣ ਵਾਲੇ ਜੀ? 18 ਜੀ। ਲੋ ਫੇਰ ਤਾਂ ਗੱਲ ਬਣੀ ਪਈ ਆ, ਤੁਸੀਂ ਐਂ ਕਰੋ ਜੀ, ਆਪਣਾ ਰਾਸ਼ਨ ਕਾਰਡ ਹੀ ਇਹਨਾਂ ਨੂੰ ਦੇ ਦਿਓ। ਚੱਲ ਬਾਪੂ ਚੱਲੀਏ, ਆਪਣੀ ਬੇਇੱਜ਼ਤੀ ਕਰੀ ਜਾਂਦੇ ਆ। ਉਹ ਬਹਿ ਜਾ ਚੁੱਪ ਕਰਕੇ, ਲੱਗਦਾ ਬੇਇੱਜ਼ਤੀ ਕਰਾਤੀ ਇਹਦੀ ਹੈ। ਬੇਇੱਜ਼ਤੀ ਨੂੰ ਦਈਆਂ ਕਿ ਲੂਲਾਂ ਲਾ ਲਈਆਂ, ਬੇਇੱਜ਼ਤੀ ਨਹੀਂ ਕਰਾਉਣੀ, ਵੱਡਾ ਗਰਮ ਆ ਗਿਆ ਇਹ। ਗੱਲ ਚੰਗੀ ਭਲੀ ਨੇਪਰੇ ਚੜੀ ਪਈ ਆ, ਕੁੜੀ ਏਡੀ ਸੋਹਣੀ ਕੁੜੀ ਦਾ ਤੈਨੂੰ ਰਿਸ਼ਤਾ ਕਰਾਉਣ ਲੱਗੇ। ਕਿੰਨੀਆਂ ਬਣਿਆ ਤੂੰ? ਮੈਂ BA ਕੀਤੀ ਹੈ। BA ਕੀਤੀ ਹੈ, ਦੋ ਅੱਖਰ ਬਣੇ ਉਹ ਵੀ ਪੁੱਠੇ, ਸਿੱਧਾ ਕਹਿ ਏ ਵੀ।